ਜਿਸ ਚੀਜ਼ ਦੀ ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਜਿਸ ਫਲ ਦੀ, ਨਾ ਤਾਂ ਉਹ ਕੱਚਾ ਛੱਡਿਆ ਜਾਂਦਾ ਨਾ ਪੱਕਿਆ ਹੋਇਆ, ਇਹਦੇ ਪੱਤੇ ਵੀ ਵਰਤੋਂ ਜਾ ਰਹੇ ਨੇ। ਅਗਲੇ ਪ੍ਰੋਗਰਾਮ ਵਿੱਚ ਕਰਨੇ ਨੇ ਜੇ ਮੈਂ ਉਹ ਦੱਸ ਦਿਆਂ ਤਾਂ ਦੁਨੀਆਂ ਦਾ ਕੋਈ ਮਰਦ ਨਹੀਂ ਹੋਏਗਾ ਜਿਹੜਾ ਕੇਲਾ ਖਾਣਾ ਸ਼ੁਰੂ ਨਹੀਂ ਕਰ ਦੇਗਾ। ਮੈਂ ਸਗੋਂ ਤੁਹਾਨੂੰ ਉਹ ਨੁਸਖੇ ਦੱਸਣੇ ਨੇ ਜਿਹੜੇ ਮੋਟਾਪੇ ਵਾਲੇ ਮਰੀਜ਼ ਸਗੋਂ ਖਾ ਕੇ ਇਹਨੂੰ ਪਤਲਾ ਹੋ ਸਕਦੇ ਨੇ। ਕਿਸੇ ਨੂੰ ਕਦੇ ਵੀ ਟਿੱਡੀਆਂ ਲੱਗੀਆਂ ਹੋਣ, ਭਾਵੇਂ ਬੱਚੇ ਨੂੰ ਭਾਵੇਂ ਵੱਡੇ ਨੂੰ, ਉਹਨਾਂ ਲਈ ਕੇਲਾ ਇੱਕ ਕੁਦਰਤੀ ਨਿਆਮਤ ਹੈ। ਹਰ ਦੇ ਬਿਮਾਰੀ ਵਿੱਚ ਵੀ ਤੇ ਹਰ ਉਮਰ ਦੇ ਲਿਹਾਜ਼ ਨਾਲ ਵੀ ਇਹ ਵੱਖ ਹੁੰਦਾ ਜੇ। ਤਿੰਨ ਕੇਲੇ ਰੋਜ਼ ਖਾਸੇ ਜਾਣ ਤਾਂ ਦੇਖਿਆ ਗਿਆ ਜਿਹੜੇ ਪੇਸ਼ੈਂਟਸ ਨੂੰ ਸਟ੍ਰੋਕ ਹੋਣ ਦਾ ਖਤਰਾ ਸੀ ਉਹ 21% ਘੱਟ ਗਿਆ। ਵਾਸਤੇ ਖਾਣਾ ਹੋਏ ਜਾਂ ਵਡੇਰੀ ਉਮਰ ਵਿੱਚ ਖਾਣਾ ਹੋਏ, ਨਜ਼ਰ ਦਾ ਘਾਟਾ ਬਚਾਉਣਾ ਹੋਵੇ। ਇਹ ਜੇ 3 ਕੇਲੇ ਖਾਓਗੇ ਤਾਂ ਮੋਟਾਪਾ ਨਹੀਂ ਹੋਊਗਾ? ਇਹ ਪ੍ਰੂਵ ਹੋ ਗਿਆ ਕਿ ਜਿਹੜਾ ਕੇਲਾ ਉਹ ਗੁਰਦੇ ਲਈ ਪੱਕੀ ਤੌਰ ਤੇ ਲਾਹੇਵੰਦ ਸਾਬਤ ਹੋ ਚੁੱਕਿਆ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦਾ ਤੀਸਰਾ ਐਪੀਸੋਡ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਅਤੇ ਆਉਂਦੇ 1-2 ਹਫ਼ਤਿਆਂ ਤੱਕ ਅਸੀਂ ਤੁਹਾਡੇ ਨਾਲ ਲਾਈਵ ਚੈਟ ਹੈ ਜਿਹੜੀ ਉਹ ਕਰਿਆ ਕਰਾਂਗੇ ਤਾਂ ਕਿ ਤੁਸੀਂ ਲਾਈਵ ਜਿਹੜਾ ਡਾਕਟਰ ਸਾਹਿਬ ਨੂੰ ਸਵਾਲ ਪੁੱਛ ਸਕੋ। ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਜਿਹੜੇ ਖਾਸ ਮਹਿਮਾਨ ਨੇ ਉਹ ਵੀ ਜੁੜ ਚੁੱਕੇ ਨੇ ਪਟਿਆਲਾ ਤੋਂ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਸਾਡੇ ਖਾਸ ਮਹਿਮਾਨ ਦੇ ਲਈ। ਐਕਚੁਅਲੀ ਹੁਣੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਲਾਈਵ ਚੈਟ ਦੇ ਵਿੱਚ ਜੁੜਿਆ ਕਰਾਂਗੇ ਤੁਹਾਡੇ ਨਾਲ, ਜਿਹਦੇ ਨਾਲ ਤੁਸੀਂ ਲਾਈਵ ਸਵਾਲ ਪੁੱਛ ਸਕੋ। ਉਹਨਾਂ ਚਿਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੇ ਦਰਸ਼ਕ ਨੇ ਜਿਹੜੇ ਉਹ ਆਪਣੇ ਸਾਰੇ ਸਵਾਲ ਸਾਨੂੰ ਜਾਂ ਤਾਂ ਇਸੇ ਪ੍ਰੋਗਰਾਮ ਦੇ ਵਿੱਚ ਜੋ SMS ਆਪਾਂ ਕਰ ਸਕਦੇ ਹਾਂ, ਮੈਸੇਜ ਕਰ ਸਕਦੇ ਹਾਂ, ਉੱਥੇ ਪਾਇਆ ਕਰਨ, ਜਾਂ ਫਿਰ ਜਿਹੜਾ ਸਾਡਾ ਸਕਰੋਲ ਦੇ ਵਿੱਚ ਈਮੇਲ ਅਸੀਂ ਤੁਹਾਨੂੰ ਦਿੰਦੇ ਹਾਂ ਉਹਦੇ ਵਿੱਚ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਕਿਰਪਾ ਕਰਕੇ ਡਾਕਟਰ ਸਾਹਿਬ ਨੂੰ ਫੋਨ ਜਿਹੜੇ ਵੀ ਲੋਕਾਂ ਕੋਲ ਫੋਨ ਹੈਗੇ ਨੇ, ਜਿਹੜੇ ਵੀ ਸਾਡੇ ਦਰਸ਼ਕਾਂ ਕੋਲ ਉਹਨਾਂ ਦਾ ਨੰਬਰ ਹੈ ਤਾਂ ਉਹ ਫੋਨ ਹਾਲੇ ਬਿਲਕੁਲ ਨਾ ਕਰਨ, ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਦੀ ਐਮਰਜੈਂਸੀ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਔਰ ਉਹਨਾਂ ਨੇ ਸਾਰਾ, ਕਈ ਵਾਰੀ ਤਾਂ 24 ਘੰਟੇ ਡਿਊਟੀ ਦੇਣੀ ਪੈਂਦੀ ਹੈ, ਪੂਰਾ ਹਫ਼ਤਾ ਉਹਨਾਂ ਨੂੰ ਡਿਊਟੀ ਦੇਣੀ ਪੈਂਦੀ ਹੈ। ਸੋ ਫੋਨ ਸੁਣਨਾ ਇੰਨਾ ਪੋਸੀਬਲ ਨਹੀਂ ਹੁੰਦਾ। ਸੋ ਜਿਹੜੇ ਵੀ ਜਿਵੇਂ ਗੰਢੇ ਨਾਲ ਜਾਂ ਫਿਰ ਮੇਥੀ 'ਤੇ ਅਸੀਂ ਪ੍ਰੋਗਰਾਮ ਕੀਤਾ, ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਕਿਰਪਾ ਕਰਕੇ ਸਾਨੂੰ ਮੈਸੇਜ ਬਾਕਸ ਦੇ ਵਿੱਚ ਭੇਜਿਆ ਕਰੋ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਜੀ ਬਹੁਤ ਬਹੁਤ ਮਿਹਰਬਾਨੀ, ਤੇ ਜਿਨ੍ਹਾਂ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਉਹਨਾਂ ਲਈ ਬਹੁਤ ਧੰਨਵਾਦ। ਮੈਂ ਤੁਹਾਡਾ ਵੀ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਮੇਰੀ ਤਕਲੀਫ ਸਾਂਝੀ ਕਰ ਦਿੱਤੀ। ਮੈਂ ਰਤਕ ਜ਼ਰੂਰ ਇਸ ਤੋਂ ਪਹਿਲਾਂ ਕਿ ਅਗਲੀ, ਕਿਉਂਕਿ ਸਾਡਾ ਮਕਸਦ ਦੇਖੋ ਹਰਸ਼ਰਨ, ਤੁਸੀਂ ਵੀ ਇਹੋ ਚੀਜ਼ ਕਹੀ ਸੀ ਤੇ ਮੇਰਾ ਵੀ ਮਕਸਦ ਇਹੋ ਸੀ ਕਿ ਜਿੰਨੇ ਕੁ ਅਸੀਂ ਲੋਕਾਂ ਨੂੰ ਕੁਦਰਤ ਦੇ ਨੇੜੇ ਲੈ ਆਈਏ, ਉਹਨਾਂ ਨੂੰ ਛੇਤੀ ਸਿਹਤਮੰਦ ਹੋਣ ਦਾ ਢੰਗ ਦੱਸ, ਇਹ ਮਕਸਦ ਸਿਰਫ ਇਸ। ਪਰ ਉਹ ਮਕਸਦ ਜਦੋਂ ਤੁਹਾਨੂੰ ਸਾਰਾ ਦਿਨ ਕਿਸੇ ਕੰਮ ਵਿੱਚ ਲਾਈ ਰੱਖੇ ਉਹ ਸੰਭਵ ਨਹੀਂ ਹੁੰਦਾ। ਮੈਂ ਤੁਹਾਨੂੰ ਸਿਰਫ ਇੰਨਾ ਕੁ ਦੱਸ ਦਿਆਂ, ਤੁਹਾਨੂੰ ਸ਼ਾਇਦ ਲੱਗੇ ਇਹ ਵੀ ਇਹ ਕੋਈ ਮਾੜੀ ਗੱਲ ਕਰ ਰਹੀ ਹੈ, ਪਰ ਜੇ ਫੋਰਟਿਸ ਵਿੱਚ ਦਿਖਾਉਣ ਜਾਣਾ ਹੋਏ ਕਿਸੇ ਡਾਕਟਰ ਤੋਂ 5 ਮਿੰਟ ਲੈਣ ਲਈ ₹1500 ਜਮ੍ਹਾਂ ਕਰਾਉਣੇ ਪੈਂਦੇ ਨੇ ਤੁਹਾਨੂੰ ਆਨਲਾਈਨ, ਸਿਰਫ ਉਹਨਾਂ ਤੋਂ ਸਲਾਹ ਲੈਣ ਲਈ। ਮੈਂ 1 ਰੁਪਈਆ ਵੀ ਕੋਈ ਇਸ ਤਰ੍ਹਾਂ ਦਾ ਲੈਣ ਦੇਣ ਦੀ ਗੱਲ ਨਹੀਂ ਕਰ ਰਹੀ, ਪਰ ਤੁਸੀਂ ਸੋਚੋ ਆਪ ਜਦੋਂ ਕੋਈ ਕਵੇ ਸਾਡੇ ਕੋਲ ਇਹ ਤਾਂ ਸਮਾਂ ਨਹੀਂ ਹੈ ਕਿ ਅਸੀਂ ਪ੍ਰੋਗਰਾਮ ਸੁਣੀਏ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ 7 ਜਣਿਆਂ ਦੇ ਘਰ ਦੇ ਅਲੱਗ ਅਲੱਗ ਬਿਮਾਰੀਆਂ ਦਾ ਸੁਣ ਕੇ ਅਲੱਗ ਅਲੱਗ ਤੁਸੀਂ ਉਹਦੀ ਦਵਾਈ ਦੱਸ ਦਿਓ ਕਿ ਕਿੰਨਾ ਗੰਢਾ ਕਿਸ ਤਰੀਕੇ ਖਾਣਾ, ਤੁਸੀਂ ਸਮਝ ਸਕਦੇ ਹੋ ਕਿ ਇਹ ਜਾਇਜ਼, ਤੁਸੀਂ ਆਪ ਹੀ ਫੈਸਲਾ ਕਰੋ ਜਾਇਜ਼ ਹੈ ਜਾਂ ਨਹੀਂ। ਕਿ ਜੇ ਤੁਹਾਡੇ ਕੋਲ ਪ੍ਰੋਗਰਾਮ ਸੁਣਨ ਤੱਕ ਦਾ ਟਾਈਮ ਨਹੀਂ ਤੇ ਦੂਸਰਾ ਬੰਦਾ ਜਿਹੜਾ ਕਦੇ ਸਵੇਰ ਦੀ ਕਦੇ ਸ਼ਾਮ ਦੀ ਕਦੇ ਰਾਤ ਦੀ ਡਿਊਟੀ ਤੇ ਬੈਠਾ ਹੋਵੇ, ਉਸ ਤੋਂ ਕਿਵੇਂ ਤੁਸੀਂ ਇਹ ਸਮਝ ਸਕਦੇ ਹੋ ਕਿ ਉਹ ਬਿਲਕੁਲ ਹੀ ਵਿਹਲਾ ਬੈਠਾ? ਸੰਭਵ ਨਹੀਂ ਹੁੰਦਾ।
ਤੇ ਖਾਸ ਕਰ ਕਰੋਨਾ ਦੇ ਸਮੇਂ ਤਾਂ ਜਿਸ ਤਰੀਕੇ ਦੀ ਡਰੈਸ ਅਸੀਂ ਪਾਈ ਹੁੰਦੀ ਹੈ ਪੀਪੀ ਕਿੱਟਾਂ ਵਿੱਚੋਂ ਸੰਭਵ ਹੀ ਨਹੀਂ ਕਿ ਤੁਸੀਂ ਉੱਥੇ ਫੋਨ ਸੁਣੋ, ਲੰਬੀਆਂ ਗੱਲਾਂ ਦੀ ਤਾਂ ਗੱਲ ਹੀ ਨਹੀਂ। ਪਰ ਬੜੀ ਅੱਜ ਇੱਕ ਪੀੜ ਜਿਹੀ ਨਾਲ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਦੋਂ ਸਿਰਫ ਇੰਨਾ ਹੀ ਦੱਸ ਦਿੱਤਾ ਜਾਏ ਕਿ ਫੋਨ ਬਾਹਰ ਮੇਰੇ ਕਿਸੇ ਸਟਾਫ ਨਰਸ ਕੋਲ ਜਾਂ ਕਿਸੇ ਮੇਰੇ ਪੀਜੀ ਵਿਦਿਆਰਥੀ ਦੇ ਹੱਥ 'ਚ ਹੋਵੇ, ਮੈਂ ਅੰਦਰ ਹਾਂ ਡਿਊਟੀ ਤੇ ਉੱਥੇ ਕੋਈ ਫੋਨ ਕਰਕੇ ਸਿੱਧਾ ਕਹੇ ਕਿ ਤੁਸੀਂ ਜਾਣ ਕੇ ਗੱਲ ਨਹੀਂ ਕਰਾਉਂਦੇ ਤੇ ਉਸਨੂੰ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦੋ, ਛੇਤੀ ਗੱਲ ਕਰਾਓ, ਕੀ ਇਹ ਜਾਇਜ਼ ਹੈ? ਯਾਨੀ ਅਸੀਂ ਆਪਣਾ ਕਿਹੜਾ ਪੱਖ ਜਾਗਜ਼ਾਰ ਕਰਨਾ ਚਾਹੁੰਦੇ ਹਾਂ, ਕਿਸ ਨੂੰ ਤੇ ਕਿਉਂ ਕਰਨਾ ਚਾਹੁੰਦੇ ਹਾਂ? ਸੋ ਬੇਨਤੀ ਹੈ ਕਿ ਮੈਂ ਫੋਨ ਨਹੀਂ ਲੈ ਸਕਣੇ, ਤੁਸੀਂ ਜੋ ਵੀ ਪੁੱਛਣਾ ਹੈ ਹਰ ਗੱਲ ਦਾ ਜਵਾਬ ਦਿੱਤਾ ਜਾਏਗਾ। ਤੁਸੀਂ ਹਰਸ਼ਰਨ ਜੀ ਦੇ ਨਾਲ ਜੁੜੇ ਰਹੋ, ਇਸ ਪ੍ਰੋਗਰਾਮ 'ਚ ਜੁੜੇ ਰਹੋ, ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਦੇ ਵਿੱਚ ਸਾਰਿਆਂ ਦੇ ਜਵਾਬ ਦਿੱਤੇ ਜਾ ਸਕਣ। ਇੰਡੀਵਿਜੁਅਲ ਕਾਲਸ ਕਿਰਪਾ ਕਰਕੇ ਨਾ ਕਰਨ। ਪਰ ਅੱਜ ਜੀ ਡਾਕਟਰ ਸਾਹਿਬ ਬਹੁਤ ਬਿਲਕੁਲ ਅਸੀਂ ਮੈਂ ਵੀ ਸਮਝਦੀ ਹਾਂ ਕਿ ਆਪਣੇ ਜਿਹੜੇ ਸਰੋਤੇ ਨੇ, ਦਰਸ਼ਕ ਨੇ, ਬਹੁਤ ਹੀ ਸਮਝਦਾਰ ਨੇ ਅਤੇ ਇਸ ਗੱਲ ਨੂੰ ਜ਼ਰੂਰ ਸਮਝਣਗੇ। ਸੋ ਡਾਕਟਰ ਸਾਹਿਬ, ਅੱਜ ਆਪਾਂ ਕਿਹੜੇ ਟੌਪਿਕ 'ਤੇ ਗੱਲ ਕਰ ਰਹੇ ਹਾਂ ਆਪਣੇ ਦਰਸ਼ਕਾਂ ਨਾਲ? ਜੀ, ਅੱਜ ਆਪਾਂ ਉਹ ਚੀਜ਼ ਜਿਹੜੀ 6 ਮਹੀਨਿਆਂ ਦੀ ਉਮਰ ਤੋਂ ਜਦੋਂ ਬੱਚੇ ਨੇ ਪਹਿਲੀ ਵਾਰ ਕੁੱਝ ਖਾਣਾ ਸ਼ੁਰੂ ਕਰਨਾ ਹੈ, ਉਸ ਸਮੇਂ ਤੋਂ ਲੈ ਕੇ ਤੇ 100 ਵਰੇ ਜਾਂ 100 ਤੋਂ ਵੀ ਉੱਪਰ ਵਰੇ ਦੇ ਹੋ ਜਾਣ, ਹਰ ਕਿਸੇ ਲਈ ਹਰ ਕਿਸਮ ਦੀ ਬਿਮਾਰੀ ਵਿੱਚ ਵੀ ਜੇ ਲਾਹੇਵੰਦ ਹੋਵੇ ਪਰ ਉਹਦੀ ਖੁਰਾਕ ਵੱਖੋ ਵੱਖ ਹੋਵੇ, ਯਾਨੀ ਅਲੱਗ ਅਲੱਗ ਬਿਮਾਰੀਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਯਾਨੀ ਕਿੰਨੀ ਖਾਣੀ ਹੈ, ਕਿਸ ਤਰੀਕੇ ਖਾਣੀ ਹੈ, ਕੱਚਾ ਖਾਣਾ, ਪੱਕਿਆ ਹੋਇਆ ਖਾਣਾ, ਉਹ ਵੱਖੋ ਵੱਖ ਯਾਨੀ ਤੁਸੀਂ ਦੇਖਣਾ ਹੋਏਗਾ ਕਿ ਕਿੰਨਾ ਖਾਧਾ ਜਾ ਰਿਹਾ ਤੇ ਕਿੰਨਾ ਖਾਣਾ ਚਾਹੀਦਾ। ਤੇ ਕਮਾਲ ਇਹ ਵੇਖੋ ਕਿ ਜਿਸ ਚੀਜ਼ ਦੀ ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਜਿਸ ਫਲ ਦੀ, ਨਾ ਤਾਂ ਉਹ ਕੱਚਾ ਛੱਡਿਆ ਜਾਂਦਾ ਨਾ ਪੱਕਿਆ ਹੋਇਆ, ਇਹਦੇ ਪੱਤੇ ਵੀ ਵਰਤੋਂ ਜਾ ਰਹੇ ਨੇ ਤੇ ਬੂਟਾ ਵੀ ਸਜਾਵਟ ਵਾਸਤੇ ਵਰਤਿਆ ਜਾ ਰਿਹਾ। ਯਾਨੀ ਇਹ ਤੁਸੀਂ ਹਾਲ ਦੇਖ ਲਓ ਕਿ ਇੰਨੀ ਕਮਾਲ ਦੀ ਚੀਜ਼ ਜਿਸ ਨੂੰ ਅਸੀਂ ਕੇਲਾ ਕਹਿੰਦੇ ਹਾਂ, ਬਨਾਨਾ ਕਹਿੰਦੇ ਹਾਂ ਜੀ, ਯਾਨੀ ਕਿ ਆਪਾਂ ਕੇਲੇ ਤੇ ਅੱਜ ਗੱਲ ਕਰ ਰਹੇ ਹਾਂ। ਬਿਲਕੁਲ, ਕੇਲਾ ਮਤਲਬ ਤਕਰੀਬਨ ਹਰ ਕੋਈ ਕੇਲੇ ਨੂੰ ਪਸੰਦ ਕਰਦਾ ਹੈ ਖਾਣਾ, ਬੱਚਾ ਹੋਵੇ, ਬਜ਼ੁਰਗ ਹੋਵੇ ਜਾਂ ਫਿਰ ਨੌਜਵਾਨ ਹੋਣ। ਜੀ ਡਾਕਟਰ ਸਾਹਿਬ, ਸੋ ਕੀ ਤੁਸੀਂ ਹੁਣ ਕਿੱਥੋਂ ਸ਼ੁਰੂਆਤ ਕਰਨ ਲੱਗੇ ਹੋ ਇਸ ਇਸ ਫਰੂਟ ਨੂੰ ਖਾਣ ਦੀਆਂ ਸਾਵਧਾਨੀਆਂ ਦੇ ਵਿੱਚ? ਜੀ, ਅਸਲ 'ਚ ਕਿਉਂਕਿ ਇਹਦੀਆਂ ਕਾਫੀ ਇੰਨੇ ਫਾਇਦੇ ਨੇ ਕਿ ਉਹ ਇੱਕ ਪ੍ਰੋਗਰਾਮ ਵਿੱਚ ਦੱਸਣਾ ਸੰਭਵ ਹੀ ਨਹੀਂ ਹੋਣਾ, ਸੋ ਆਪਾਂ ਉਹਨੂੰ Part-1 ਤੇ Part-2 ਵਿੱਚ ਕਰਕੇ ਜ਼ਰੂਰ ਦੱਸਣਾ ਚਾਹਾਂਗੇ ਤਾਂ ਕਿ ਸਹਿਜ ਨਾਲ, ਆਰਾਮ ਨਾਲ ਸੁਣ ਕੇ ਤੁਸੀਂ ਹਰ ਤਰ੍ਹਾਂ ਦੇ ਰੋਗੀ ਜਿਹੜੇ ਨੇ ਵੱਖੋ ਵੱਖਰਾ ਆਪਣਾ ਫਾਇਦਾ ਲੈ ਸਕਣ। ਜੀ ਜ਼ਰੂਰ। ਜਿਹੜਾ ਪਹਿਲਾ ਭਾਗ ਹੈ ਅਸੀਂ ਉਹਦੇ ਵਿੱਚ ਇਹਦੇ ਫਾਇਦੇ ਕਿੰਨੇ ਨੇ, ਫਿਰ ਦੂਜੇ ਭਾਗ ਵਿੱਚ ਕਿੰਨਾ ਵਰਤਣਾ, ਕਿਵੇਂ ਵਰਤਣਾ, ਕਿਹੜੇ ਬਿਮਾਰੀ ਵਿੱਚ, ਉਹ ਸਾਰਾ ਕੁਛ ਦੱਸਾਂਗੇ। ਇੰਨਾ ਕੁ ਪਤਾ ਹੋਵੇ ਕਿ ਇਹਦੇ ਵਿੱਚ ਵਿਟਾਮਿਨ B6, ਵਿਟਾਮਿਨ C, ਮੈਂਗਨੀਜ਼, ਫਾਈਬਰ ਤੇ ਪੋਟਾਸ਼ੀਅਮ ਤਾਂ ਹਾਨੀ, ਬਾਕੀ ਹੋਰ ਵੀ ਬਹੁਤ ਕੁਛ ਹੈ, ਉਹ ਵੱਖੋ ਵੱਖਰੀਆਂ ਬਿਮਾਰੀਆਂ ਵੇਲੇ ਆਪਾਂ ਜ਼ਿਕਰ ਕਰਾਂਗੇ। ਪਰ ਮੈਂ ਥੋੜਾ ਅੰਦਾਜ਼ਾ ਦੱਸ ਦਿਆਂ ਕਿਉਂਕਿ ਹਰ ਇੱਕ ਜਣੇ ਦਾ ਇਹ ਸਵਾਲ ਹੁੰਦਾ ਕਿੰਨਾ ਕੇਲਾ, ਪਹਿਲਾਂ ਦੱਸ ਦਿਆਂ 6 ਇੰਚ ਦੀ ਲੰਬਾਈ ਵਾਲਾ ਜਿਹੜਾ ਕੇਲਾ ਹੁੰਦਾ ਜੇ, ਸਿਰਫ 6 ਇੰਚ ਵਾਲਾ, ਉਹਦੇ ਵਿੱਚ 18.5 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ, 6 ਤੋਂ 7.5 ਇੰਚ ਵਾਲੇ ਵਿੱਚ 23 ਗ੍ਰਾਮ, 7 ਤੋਂ 8.5 ਇੰਚ ਵਿੱਚ 27 ਗ੍ਰਾਮ ਤੇ 8 ਤੋਂ 9.5 ਇੰਚ ਵਾਲੇ ਵਿੱਚ 31 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ। ਜਿਹੜਾ 9 ਇੰਚ ਜਾਂ ਇਸ ਤੋਂ ਲੰਬਾ ਕੇਲਾ ਹੋਵੇ ਉਸ ਵਿੱਚ 35 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ। ਯਾਨੀ ਇਹ ਜੇ ਆਪਾਂ ਸਾਈਜ਼ ਦੇ ਅਨੁਸਾਰ ਇੱਕ ਵਾਰ ਸਮਝ ਲਈਏ ਤਾਂ ਫਿਰ ਜਦੋਂ ਡੋਜ਼ ਦੱਸਾਂਗੇ ਉਦੋਂ ਸੌਖਿਆ ਸਮਝ ਆ ਜਾਏਗੀ ਕਿ ਕਿੰਨਾ ਕੇਲਾ ਅਸੀਂ ਕਹਿ ਰਹੇ ਹਾਂ ਖਾਣਾ, ਜੋ ਤੁਸੀਂ ਤੁਹਾਨੂੰ ਅਲੱਗ ਅਲੱਗ ਬਿਮਾਰੀ ਵਿੱਚ ਖਾਣਾ ਚਾਹੀਦਾ। ਯਾਨੀ ਮੈਂ ਸ਼ੁਰੂ 'ਚ ਇੰਨਾ ਕੁ ਦੱਸ ਦਿਆਂ ਕਿ ਇਹਦੇ 'ਚ ਕਾਰਬੋਹਾਈਡਰੇਟ ਕਿਉਂਕਿ ਬਹੁਤ ਜ਼ਿਆਦਾ, ਭਾਵੇਂ ਸ਼ੱਕਰ ਰੋਗੀਆਂ ਲਈ ਅੱਗੋਂ ਆਪਾਂ ਦੱਸਾਂਗੇ ਕਿਵੇਂ ਫਾਇਦਾ ਦਿੰਦਾ ਹੈ, ਪਰ ਜਿਨ੍ਹਾਂ ਦੀ ਸ਼ੱਕਰ ਰੋਗੀਆਂ ਦੀ ਸ਼ੂਗਰ ਬਹੁਤੀ ਕੰਟਰੋਲ ਵਿੱਚ ਰਹਿੰਦੀ ਹੋਵੇ ਉਹਨਾਂ ਨੂੰ ਸਭ ਤੋਂ ਛੋਟਾ ਯਾਨੀ 6 ਇੰਚ ਵਾਲਾ ਦਾ ਵੀ ਕੋਸ਼ਿਸ਼ ਕਰੋ ਵੀ ਅੱਧਾ ਹੀ ਕੇਲਾ ਰੋਜ਼ ਖਾਣ। ਦੂਜੇ ਪਾਸੇ ਜਿਹੜੇ ਜਿਹਨਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਜਾਂ ਜਿਹੜੀ ਵੱਧਦੀ ਉਮਰ ਵਾਲੇ, ਯਾਨੀ ਅਸੀਂ ਵੱਧਦੀ ਉਮਰ 'ਚ ਗਿਣਦੇ ਹਾਂ ਵੀ ਜਿਹੜੇ 40 ਸਾਲ ਤੋਂ ਉੱਪਰ ਲੰਘ ਰਹੇ ਨੇ, ਉਹਨਾਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਜਿਹੜੇ ਕਮਜ਼ੋਰ ਨੇ ਉਹਨਾਂ ਲਈ ਸਭ ਤੋਂ ਵੱਡੇ ਵਾਲਾ ਯਾਨੀ 9 ਇੰਚ ਜਾਂ ਇਸ ਤੋਂ ਲੰਬੇ ਵਾਲੇ ਹੋਣ ਜਾਂ ਫਿਰ ਜਿਹੜੇ ਛੋਟੇ 2 ਕੇਲੇ ਰੋਜ਼ ਜ਼ਰੂਰ ਲੈ ਲੈਣੇ ਚਾਹੀਦੇ ਨੇ। ਜਦੋਂ ਕਦੇ ਤੇਜ਼ ਬੁਖਾਰ ਹੋਵੇ
ਬਿਮਾਰੀ ਵਿੱਚ ਭੁੱਖ ਮਰ ਚੁੱਕੀ ਹੋਵੇ, ਜਿਹੜੀ ਕਿ ਭਾਵੇਂ ਕਰੋਨਾ ਦੀ ਹੋਵੇ ਜਾਂ ਕੋਈ ਵੀ ਕਿਸਮ ਦੀ ਜਿਸ 'ਚ ਵਾਇਰਲ ਹੋਈ ਹੋਵੇ, ਖਾਧਾ ਨਾ ਜਾ ਰਿਹਾ ਹੋਵੇ ਜਾਂ ਟੱਟੀਆਂ ਉਲਟੀਆਂ ਹੀ ਲੱਗੀਆਂ ਹੋਣ, ਬੁਰਾ ਹਾਲ, ਜਦੋਂ ਘਬਰਾਹਟ, ਕਮਜ਼ੋਰੀ, ਤਾਂ ਸਿਰਫ ਉਸ ਵੇਲੇ ਇੱਕ ਕੇਲਾ ਜੋ ਕਿ ਅਸੀਂ ਅੰਦਾਜ਼ਨ ਲਾਉਂਦੇ ਹਾਂ ਕਿ 6 to 7 inches ਵਾਲਾ, ਜਿਸ 'ਚ 23 grams ਕਾਰਬੋਹਾਈਡਰੇਟ ਹੈ, ਜੇ ਉਹ ਤੁਸੀਂ ਉਦੋਂ ਖਾ ਲੈਂਦੇ ਹੋ ਇੱਕ ਹੌਲੀ ਹੌਲੀ ਕਰਕੇ, ਕਿਉਂਕਿ ਇਹ ਤਾਂ ਘੁਲ ਜਾਂਦਾ ਬਿਲਕੁਲ ਹੀ, ਤਾਂ ਤੁਹਾਨੂੰ ਇੱਕਦਮ ਲੈਣੀ ਲਗਭਗ ਤੁਹਾਨੂੰ ਅੱਧੇ ਕੁ ਘੰਟੇ ਦੇ ਅੰਦਰ ਅੰਦਰ ਹੀ ਤੁਹਾਨੂੰ ਤਾਕਤ ਜੀ ਮਹਿਸੂਸ ਹੋਣ ਲੱਗ ਜਾਂਦੀ ਹੈ, ਕਮਜ਼ੋਰੀ ਘੱਟ ਜਾਂਦੀ ਹੈ, ਤੇਜ਼ ਬੁਖਾਰ ਵਿੱਚ ਵੀ ਤੁਹਾਨੂੰ ਰਤਕ ਸਹਿਜ ਹੋਇਆ ਜਾਂਦਾ। ਇਸੇ ਲਈ ਜਿਹੜੇ ਸੋਕੇ ਦੇ ਸ਼ਿਕਾਰ ਬੱਚੇ ਹੁੰਦੇ ਨੇ, ਬਤੌਰ ਇੱਕ ਚਾਈਲਡ ਸਪੈਸ਼ਲਿਸਟ ਮੈਂ ਦੱਸਣਾ ਚਾਹੁੰਦੀ ਹਾਂ, ਸਾਡੇ ਲਈ ਇੱਕ ਬਹੁਤ ਵਧੀਆ ਖੁਰਾਕ ਜਿਹੜੀ ਅਸੀਂ ਇੱਕ ਪਿੰਨੀ ਗਿਣਦੇ ਹਾਂ ਦੇਸੀ ਘਿਓ ਚ ਬਣੀ ਹੋਈ ਤੇ ਨਾਲ ਇੱਕ ਕੇਲਾ, ਜੇ ਇਹ ਰੈਗੂਲਰ ਉਹਨਾਂ ਨੂੰ ਮਿਲਦਾ ਰਵੇ ਤਾਂ ਬੱਚਿਆਂ ਦੀ, ਜਿਹੜੇ ਸੋਕੇ ਦੇ ਮਰੀਜ਼ ਵੀ ਨੇ, ਛੇਤੀ ਇੰਪਰੂਵ ਹੋਣਾ ਸ਼ੁਰੂ ਹੋ ਜਾਂਦੇ ਨੇ, ਜੋ ਕਿ ਨੋਰਮਲ ਡਾਈਟ ਉਹ ਕਈ ਵਾਰ ਨਹੀਂ ਲੈਂਦੇ, ਤਾਂ ਸ਼ੁਰੂ ਵਿੱਚ ਕੇਲਾ ਫੇਰ ਕੇ ਨਰਮ ਕਰਕੇ ਵਿੱਚ ਹਲਕਾ ਜਿਹਾ ਸ਼ਹਿਦ ਪਾ ਕੇ ਤੁਸੀਂ ਇਹਨੂੰ ਸ਼ੁਰੂ ਕਰਕੇ ਦੇ ਸਕਦੇ ਹੋ। ਹੁਣ ਜਿਸ ਬੱਚੇ ਨੂੰ ਟੱਟੀਆਂ ਲੱਗੀਆਂ ਹੋਣ, ਖਾਸ ਕਰ ਜਿਵੇਂ ਸੋਕੇ ਦੇ ਮਰੀਜ਼ ਬੱਚਿਆਂ ਨੂੰ ਵੀ ਲੱਗ ਜਾਂਦੀਆਂ ਨੇ, ਜਾਂ ਵੈਸੇ ਵੀ ਜਦੋਂ ਕਿਸੇ ਨੂੰ ਕਦੇ ਵੀ ਟੱਟੀਆਂ ਲੱਗੀਆਂ ਹੋਣ, ਭਾਵੇਂ ਬੱਚੇ ਨੂੰ ਭਾਵੇਂ ਵੱਡੇ ਨੂੰ, ਉਹਨਾਂ ਲਈ ਕੇਲਾ ਇੱਕ ਕੁਦਰਤੀ ਨਿਆਮਤ ਹੈ। ਯਾਨੀ ਇਸ ਵਿਚਲਾ ਜੋ ਫਾਈਬਰ ਪੈਕਟਿਨ ਹੈ, ਇਹ ਇੰਨਾ ਖੂਬਸੂਰਤ ਤਰੀਕੇ ਨਾਲ ਤੇ ਇੰਨਾ ਵਧੀਆ ਤਰੀਕੇ ਪੈਕਡ ਕਿਸੇ ਹੋਰ ਫਲ ਵਿੱਚ ਇੰਨਾ ਵਧੀਆ ਤਰੀਕੇ ਨਹੀਂ, ਜਿਸ ਨੇ ਪਾਣੀ ਵਰਗੀਆਂ ਟੱਟੀਆਂ ਵੀ ਲੱਗੀਆਂ ਹੋਣ ਤਾਂ ਨਾ ਤਾਂ ਇਹ ਕਬਜ਼ ਕਰਦਾ ਹੈ। ਕਮਾਲ ਮੈਂ ਇਸ ਕਰਕੇ ਦੱਸ ਰਹੀ ਹਾਂ ਵੀ ਜਿਸ ਤਰੀਕੇ ਦੀ ਕੁਦਰਤ ਨੇ ਇਹਦੀ ਪੈਕਿੰਗ ਕੀਤੀ ਹੈ, ਵੀ ਇਹ ਕਬਜ਼ ਵੀ ਨਹੀਂ ਕਰੇਗਾ ਤੇ ਟੱਟੀਆਂ ਵੀ ਰੋਕ ਦੇਗਾ। ਯਾਨੀ ਉਹ ਇਸ ਤਰੀਕੇ ਫਾਈਬਰ ਪੈਕਟਿਨ ਇਹਦੇ ਵਿੱਚ ਜੋ ਬਣਾਇਆ ਸੀ, ਨੋਰਮਲ ਤਰੀਕਾ ਸੀ, ਆਪ ਬਣਾ ਨਹੀਂ ਸਕੇ, ਜੋ ਕੁਦਰਤ ਨੇ ਤਿਆਰ ਕੀਤਾ ਇੱਕ, ਯਾਨੀ ਤੁਸੀਂ ਟੱਟੀਆਂ ਦੇ ਦੌਰਾਨ ਵੀ ਜਿਹੜੀ ਕਮਜ਼ੋਰੀ ਹੋਈ ਹੋਵੇ, ਜਾਂ ਇੱਕ ਨੋਰਮਲ ਵੱਡੇ ਬੰਦੇ ਨੂੰ ਜੇ ਰੋਜ਼ ਦਾ ਉਹਨੇ ਫਾਈਬਰ ਲੈਣਾ ਹੋਏ, ਤਾਂ ਤੁਹਾਡਾ 6 to 7 inches ਵਾਲੇ ਦਾ ਜਿਹੜਾ ਹੈ, ਤੁਸੀਂ ਜੇ ਰੋਜ਼ ਦਾ ਇੱਕ ਕੇਲਾ ਖਾ ਲਵੋ ਤਾਂ ਤੁਹਾਡਾ ਫਾਈਬਰ ਦਾ 16% ਹਿੱਸਾ ਕੱਲਾ ਇੱਕ ਇਹ ਕੇਲਾ ਹੀ ਪੂਰਾ ਕਰ ਦਿੰਦਾ। ਜੀ 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 ਡਾਕਟਰ ਸਾਹਿਬ, ਇੱਥੇ ਇੱਕ ਸਵਾਲ ਜੇ ਮੈਂ ਪੁੱਛਾਂ, ਜਿਵੇਂ ਕਹਿੰਦੇ ਹੁੰਦੇ ਨੇ ਆਪਾਂ ਘਰਾਂ ਦੇ ਵਿੱਚ ਹੀ ਸੁਣਦੇ ਹਾਂ, ਸਾਡੇ ਘਰ 'ਚ ਵੀ ਕਹਿੰਦੇ ਵੀ ਜੇ ਟੱਟੀਆਂ ਲੱਗੀਆਂ ਹੋਣ ਤਾਂ 2 ਕੇਲੇ ਖਾਓ, ਜੇ ਕਬਜ਼ ਹੋਵੇ ਤਾਂ 1 ਕੇਲਾ ਖਾਓ, ਇਹਦੇ ਵਿੱਚ ਦੇਖੋ ਇਹ ਉਮਰ ਜਿਵੇਂ ਆਪਾਂ ਅਗਲੇ ਪ੍ਰੋਗਰਾਮ 'ਚ ਵੀ ਡਿਟੇਲ ਕਰਾਂਗੇ, ਕਿਉਂਕਿ ਹਰ ਦੇ ਬਿਮਾਰੀ ਵਿੱਚ ਵੀ ਤੇ ਹਰ ਉਮਰ ਦੇ ਲਿਹਾਜ਼ ਨਾਲ ਵੀ ਇਹ ਵੱਖ ਹੁੰਦਾ ਜੇ, ਪਰ ਅਸੀਂ ਕਦੇ ਵੀ ਐਕਸੈਸ ਨਹੀਂ ਕਹਿੰਦੇ, ਕਿਉਂਕਿ ਇਹਦੇ ਵਿੱਚ ਹੈ ਪੋਟਾਸ਼ੀਅਮ ਵੀ, ਯਾਨੀ ਜੋ ਤੁਹਾਡੀ ਪਾਣੀ ਦੀ ਕਮੀ ਹੋਈ ਹੋਈ ਹੈ ਉਹ ਵੀ ਨਾਲੋ ਨਾਲ ਪੂਰੀ ਕਰ ਦਿੰਦਾ ਜੇ। ਸੋ ਜਿੱਥੋਂ ਤੱਕ ਤੁਹਾਡੇ ਹੋਰ ਬਿਮਾਰੀਆਂ ਨਾਲ, ਕਿਉਂਕਿ ਹਰ ਟੱਟੀਆਂ ਲੱਗੇ ਨੂੰ ਕਿਸੇ ਨੂੰ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ, ਕਿਸੇ ਨੂੰ ਸ਼ੂਗਰ ਦੀ ਹੋ ਸਕਦੀ ਹੈ, ਕਿਸੇ ਨੂੰ ਕੋਈ ਹੋਰ ਦਵਾਈਆਂ ਲੈ ਰਿਹਾ ਹੋ ਸਕਦਾ ਜੇ। ਸੋ ਇਸੇ ਕਰਕੇ ਅਸੀਂ ਜਿਹੜਾ ਟੋਟਲੀ ਹੈਲਦੀ ਹੈ, ਆਰਾਮ ਨਾਲ 2 ਛੱਡ 3 ਵੀ ਖਾ ਲਵੇ ਤਾਂ ਕੋਈ ਹਰਜ ਨਹੀਂ, ਪਰ ਅਸੀਂ ਸੋਚ ਸਮਝ ਕੇ ਕੋਈ ਚੀਜ਼ ਹਮੇਸ਼ਾ ਲੈਣੀ ਚਾਹੀਦੀ ਹੈ ਕਿ ਕਿਸ ਬਿਮਾਰੀ ਵਿੱਚ ਕਿੰਨਾ ਤੇ ਉਸ ਤੋਂ ਵੱਧ, ਹਮੇਸ਼ਾ ਹੀ ਹਰ ਚੀਜ਼ ਦੇ ਨੁਕਸਾਨ ਕੀ ਹੁੰਦੇ ਨੇ, ਭਾਵੇਂ ਉਹ ਕੁਦਰਤੀ ਚੀਜ਼ ਹੀ ਕਿਉਂ ਨਾ ਹੋਵੇ। ਸੋ ਆਈਡੀਅਲ ਅਸੀਂ ਗਿਣਦੇ ਹਾਂ ਕਿ ਟੱਟੀਆਂ ਲੱਗੀਆਂ ਤੋਂ ਬਾਅਦ ਜੇ ਤੁਸੀਂ ਰੈਗੂਲਰਲੀ ਰੋਜ਼ 2-2 ਖਾਈ ਜਾਓਗੇ ਤਾਂ ਬਾਅਦ ਵਿੱਚ ਕਬਜ਼ ਹੋ ਸਕਦੀ ਹੈ, ਪਰ 1 ਕੇਲੇ ਨਾਲ ਤੁਹਾਨੂੰ ਬਾਅਦ ਵਿੱਚ ਵੀ ਕਬਜ਼ ਨਹੀਂ ਹੋਏਗੀ। ਸਹਿਜੇ ਸਹਿਜੇ ਟੱਟੀਆਂ ਠੀਕ ਕਰਨੀਆਂ ਹੁੰਦੀਆਂ ਨੇ, ਇੱਕਦਮ ਅਸੀਂ ਟੱਟੀਆਂ ਨੂੰ ਰੋਕਣਾ ਨਹੀਂ ਚਾਹੁੰਦੇ, ਕਿਉਂਕਿ ਟੱਟੀਆਂ ਰਾਹੀਂ ਜਦੋਂ ਲੱਗੀਆਂ ਹੋਣ ਤਾਂ ਕੀਟਾਣੂ ਵੀ ਸਰੀਰ ਵਿੱਚੋਂ ਬਾਹਰ ਨਿਕਲਦੇ ਨੇ। ਸੋ ਤੁਸੀਂ ਆਪਣਾ ਨਿੰਬੂ ਪਾਣੀ ਬਣਾ ਕੇ ਨਾਲ ਲਈ ਜਾ ਸਕਦੇ ਹੋ, ਪਰ ਇਸ ਕੇਲੇ ਵਿਚਲਾ ਪੈਕਟਿਨ, ਇਹਦੇ ਵਿਚਲਾ ਪੋਟਾਸ਼ੀਅਮ, ਇਹ ਦੋਨੋਂ ਪਾਸਿਓਂ ਹੀ ਤੁਹਾਨੂੰ ਫਾਇਦਾ ਦੇ ਦਿੰਦਾ। ਇਹ ਪੋਟਾਸ਼ੀਅਮ ਜੋ ਇਹਦੇ ਵਿੱਚ ਹੈ, ਕਮਾਲ ਇਹ ਵੇਖੋ ਕਿ ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਸੀ ਵੀ ਕਈਆਂ ਨੂੰ ਬਲੱਡ ਪ੍ਰੈਸ਼ਰ ਹੁੰਦਾ, ਇਹ ਪੋਟਾਸ਼ੀਅਮ ਜਿੱਥੇ ਇੱਕ ਪਾਸੇ ਤੁਹਾਡੀ ਜੋ ਪਾਣੀ ਚ ਲੋਸ ਹੋਈ ਜਾ ਰਿਹਾ ਟੱਟੀਆਂ ਚ ਉਹ ਵੀ ਪੂਰਾ ਕਰਤਾ, ਪਰ ਉਹਦੇ ਹੋਰ ਵੀ ਜਿਵੇਂ ਆਮ ਇੱਕ ਜੋ ਵਿਚਕਾਰਲਾ ਕੇਲਾ ਜਿਹਦੀ ਆਪਾਂ ਵਾਰ ਵਾਰ ਗੱਲ ਕਰ ਰਹੇ ਹਾਂ, ਉਹਦੇ ਵਿੱਚ 500 milligrams ਪੋਟਾਸ਼ੀਅਮ ਹੁੰਦਾ ਜੇ ਤੇ 1 milligram ਸੋਡੀਅਮ।
ਸੋ ਇਹ ਕੁਦਰਤੀ ਪੋਟਾਸ਼ੀਅਮ ਜਿੱਥੇ ਇੱਕ ਪਾਸੇ ਬਲੱਡ ਪ੍ਰੈਸ਼ਰ ਕੰਟਰੋਲ ਚ ਰੱਖਦਾ, ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਚ ਰੱਖੇਗਾ, ਪਾਸਾ ਖੜ ਜਾਣ ਦਾ ਖਤਰਾ ਘੱਟ ਸਕਦਾ। ਸੋ ਇਹਦੇ ਤੇ ਹੁਣ ਜਿਵੇਂ ਤੁਸੀਂ ਕਿਹਾ ਸੀ 2 ਜਾਂ 3 ਖਾਣੇ ਨੇ, ਇੱਕ ਖੋਜ ਕੀਤੀ ਗਈ ਸੀ ਕੇਲੇ ਦੇ ਇਸ ਪੱਖ ਉੱਤੇ ਕਿ ਕਿੰਨਾ ਖਾਧਾ ਜਾਵੇ। ਦੇਖੋ ਹੁਣ ਜਿਹੜਾ ਕੇਲੇ ਵਿਚਲਾ ਆਪਾਂ ਪੋਟਾਸ਼ੀਅਮ ਦੀ ਗੱਲ ਕੀਤੀ ਜੋ ਕਿ ਟੱਟੀਆਂ ਵਾਸਤੇ ਅਸੀਂ ਕਹਿ ਰਹੇ ਹਾਂ ਕਿ ਉਹ ਕਬਜ਼ ਵੀ ਖੋਲਦਾ, ਯਾਨੀ ਕਬਜ਼ ਵੀ ਨੀ ਹੋਣ ਦਿੰਦਾ, ਟੱਟੀਆਂ ਵੀ ਰੋਕ ਦਿੰਦਾ। ਸੋ ਉਸੇ ਉਹੀ ਪੋਟਾਸ਼ੀਅਮ ਆਮ ਕੇਲੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ 500 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਤੇ 1 ਮਿਲੀਗ੍ਰਾਮ ਸੋਡੀਅਮ। ਹੁਣ ਇਹ ਕੁਦਰਤੀ ਪੋਟਾਸ਼ੀਅਮ ਜਿੱਥੇ ਇੱਕ ਪਾਸੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦਾ, ਉੱਥੇ ਦਿਲ ਦੀਆਂ ਬਿਮਾਰੀਆਂ ਆਪਣੀ ਕਾਬੂ ਵਿੱਚ ਹੋ ਗਈਆਂ, ਉੱਥੇ ਪਾਸਾ ਖੜ ਜਾਣ ਦਾ ਜਾਂ ਸਟ੍ਰੋਕ ਹੋਣ ਦਾ ਖਤਰਾ ਵੀ ਘੱਟ ਜਾਂਦਾ। ਹੁਣ ਇਹਦੇ ਤੇ ਇੱਕ ਖੋਜ ਕੀਤੀ ਗਈ ਸੀ ਕਿ ਜਿਹੜਾ ਸਟ੍ਰੋਕ ਜਾਂ ਪਾਸਾ ਖੜਨ ਦਾ ਖਤਰਾ ਜਿਹੜਾ ਹੁੰਦਾ ਉਹ ਕਿੰਨੇ ਕੇਲੇ ਦੀ ਡੋਜ਼ ਨਾਲ ਕਿੰਨਾ ਘਟੇ ਤੇ ਕਿਵੇਂ ਡੋਜ਼ ਹੋਣੀ ਚਾਹੀਦੀ। ਸੋ ਉਹ ਖੋਜ ਜਿਹੜੀ ਕੀਤੀ ਗਈ ਸੀ ਉਸ ਖੋਜ ਵਿੱਚ ਇਹ ਸਮਝ ਆਈ ਕਿ 3 ਕੇਲੇ ਜੇ ਰੋਜ਼ ਮੱਧ ਵਰਗੀ ਯਾਨੀ 6 ਤੋਂ 7.5 ਇੰਚ ਦੇ 3 ਕੇਲੇ ਰੋਜ਼ ਖਾਧੇ ਜਾਣ ਤਾਂ ਦੇਖਿਆ ਗਿਆ ਜਿਹੜੇ ਪੇਸ਼ੈਂਟਸ ਨੂੰ ਸਟ੍ਰੋਕ ਹੋਣ ਦਾ ਖਤਰਾ ਸੀ ਉਹ 21% ਘੱਟ ਗਿਆ। ਹੁਣ ਇਹਦੇ ਤੋਂ ਵੱਧ ਦੇਖੋ ਇਹਦੇ ਵਿਚਲਾ ਪੋਟਾਸ਼ੀਅਮ ਲੋੜੋਂ ਵੱਧ ਜਾਂ ਸੋਡੀਅਮ ਦੀ ਲੋੜੋਂ ਵੱਧ ਹੋ ਜਾਏ ਤਾਂ ਨੁਕਸਾਨ ਕਰਦਾ, ਇਸ ਕਰਕੇ ਇਹ ਖਿਆਲ ਰੱਖਣਾ ਚਾਹੀਦਾ ਕਿ ਇਹਦੇ ਨਾਲ ਕਿਸੇ ਹਾਲ ਵਿੱਚ ਫਾਲਤੂ ਲੂਣ ਨਾ ਖਾਧਾ ਜਾਵੇ ਤਾਂ ਕਿ ਉਹ ਬਲੱਡ ਪ੍ਰੈਸ਼ਰ ਆਪਣਾ ਅਸੀਂ ਉਧਰੋਂ ਵੀ ਕਾਬੂ ਵਿੱਚ ਰੱਖੀਏ। ਸੋ ਜੋ ਸਟ੍ਰੋਕ ਘਟਣ ਦਾ 21% ਜੋ ਦੇਖਿਆ ਗਿਆ ਖੋਜ ਵਿੱਚ ਘਟਿਆ, ਉਦੋਂ ਇਹ ਸਧਾਰਨ 3 ਕੇਲੇ ਖਾਣ ਨਾਲ ਉਹਨਾਂ ਮਰੀਜ਼ਾਂ ਵਿੱਚ ਅਸਰ ਦੇਖਿਆ ਗਿਆ ਸੀ। ਹੁਣ ਨੋਰਮਲੀ ਕੀ ਹੁੰਦਾ, ਜਦੋਂ ਅਸੀਂ ਵਾਧੂ ਲੂਣ ਖਾ ਜਾਂਦੇ ਹਾਂ ਤਾਂ ਪਿਸ਼ਾਬ ਰਾਹੀਂ ਸਾਡਾ ਕੈਲਸ਼ੀਅਮ ਸਰੀਰ ਚੋਂ ਕੱਢ, ਪਰ ਜਿਹੜਾ ਕੇਲਾ ਹੈ ਇਹਦੇ ਵਿਚਲਾ ਪੋਟਾਸ਼ੀਅਮ ਇਹਨੂੰ ਰੋਕ ਲੈਂਦਾ ਹੈ ਤੇ ਉਹ ਵਾਧੂ ਕੈਲਸ਼ੀਅਮ ਸਰੀਰ ਵਿੱਚੋਂ ਬਾਹਰ ਨਿਕਲਣ ਤੋਂ ਰੋਕਦਾ। ਹੁਣ ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸੈਂਟਰ ਤੇ ਯੂਨੀਵਰਸਿਟੀ ਆਫ ਕੈਂਸਸ ਮੈਡੀਕਲ ਸੈਂਟਰ ਵਿੱਚ ਖੋਜ ਹੋਈ, ਜਿਹੜੀ ਉਹਨਾਂ ਨੇ 5 ਸਾਲ ਲਗਾਤਾਰ ਇਹ ਖੋਜ ਕੀਤੀ, ਜਿਸ ਵਿੱਚ ਉਹਨਾਂ ਵੇਖਿਆ ਕਿ ਜਿਹੜੇ ਵੀ ਰੈਗੂਲਰ ਤੌਰ ਉੱਤੇ ਕੇਲਾ ਖਾ ਰਹੇ ਸਨ ਉਹਨਾਂ ਦੀਆਂ ਹੱਡੀਆਂ ਘੱਟ ਖੁਰੀਆਂ। ਇਹ 5 ਸਾਲ ਲਗਾਤਾਰ ਰਿਸਰਚ ਕੀਤੀ ਗਈ ਸੀ, ਉਹਦੇ ਨਤੀਜੇ ਨਿਕਲੇ ਜੇ ਰੈਗੂਲਰ ਤੌਰ ਤੇ ਖਾਧੀ ਜਾਵੇ ਤਾਂ ਯਾਨੀ ਹੱਡੀਆਂ ਜਿਹਨਾਂ ਜਿਹਨਾਂ ਨੇ ਖਾਧੀਆਂ ਸੀ ਉਹ ਉਹਨਾਂ ਦੀਆਂ ਉਹਨਾਂ ਨੂੰ ਐਕਸਟਰਾ ਕੈਲਸ਼ੀਅਮ ਜਾਂ ਵਿਟਾਮਿਨ D3 ਦੇਣ ਦੀ ਲੋੜ ਨਹੀਂ। ਹੁਣ ਹੋਰ ਖੋਜ ਹੋਈ ਜੋ ਸਨ 2004 ਵਿੱਚ ਹੋਈ ਸੀ, ਜਿਸ ਤੁਸੀਂ ਕਹਿ ਸਕਦੇ ਹੋ ਕਿ ਚੋਟੀ ਦਾ ਸਾਡਾ ਇੰਟਰਨੈਸ਼ਨਲ ਜੋ ਜਰਨਲ ਹੈ ਜਿਹਨੂੰ ਕਿ ਆਰਕਾਈਵਸ ਆਫ ਐਸਟਲਮੋਲੋਜੀ ਜੋ ਕਿ ਦੁਨੀਆ ਦੇ ਚੋਟੀ ਦੇ ਜਿਹੜੀਆਂ ਖੋਜਾਂ ਕੀਤੀਆਂ ਜਾਂਦੀਆਂ ਅੱਖਾਂ ਬਾਰੇ ਉਹ ਖੋਜਾਂ ਉਹਦੇ ਵਿੱਚ ਛਪਦੀਆਂ ਨੇ, ਉਹਦੇ ਹਿਸਾਬ ਨਾਲ ਅੱਗੋਂ ਫੈਸਲਾ ਲਿਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਉਹਨਾਂ ਦੀ ਨਜ਼ਰ ਬਚਾਉਣੀ ਹੈ। ਇਹ ਖੋਜ ਜੋ ਛਪੀ ਸੀ ਇਹ ਵੀ ਇੱਕ ਮਤਲਬ ਤੁਸੀਂ ਕਹਿ ਲਓ ਕਿ ਅੱਖਾਂ ਖੋਲਣ ਵਾਲੀ ਸੀ ਦੁਨੀਆ ਲਈ, ਕਿ ਉਹਦੇ ਚ ਕੀਤਾ ਗਿਆ ਉਹਨਾਂ ਨੇ 3000 ਲੋਕਾਂ ਤੇ ਇਹ ਕੀਤਾ ਗਿਆ ਜਿਹੜਾ ਇਹ ਖੋਜ ਹੋਈ ਸੀ, ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਵਧੀਆ ਨਜ਼ਰ ਵਾਸਤੇ ਕੇਲਾ ਬੇਸ਼ਕੀਮਤੀ ਹੈ। ਹੁਣ ਕਮਾਲ ਦੇਖੋ, ਕੋਈ ਹੋਰ ਫਲ ਆਪਾਂ ਬੜੀ ਵਾਰ ਗੱਲ ਕਰਦੇ ਹਾਂ ਇੰਨਾ ਅਸਰਦਾਰ ਨਹੀਂ ਜਿੰਨਾ ਕੇਲਾ ਹੈ, ਬਿਲਕੁਲ, ਕਿਉਂਕਿ ਪਹਿਲੀ ਉਮਰ ਯਾਨੀ ਜੋ ਉਮਰ ਦੇ ਨਾਲ ਨਜ਼ਰ ਦਾ ਘਾਟਾ ਜਾਂ ਅੰਧੇਪਣ ਤੋਂ ਬਚਣਾ ਹੋਵੇ ਤਾਂ ਉਸ ਨੂੰ ਰੋਜ਼ 3 ਕੇਲੇ ਇਹ ਖਵਾਏਗੀ, ਉਹੀ ਮੱਧਮ ਵਾਲੇ। ਹੁਣ ਤੁਸੀਂ ਮੈਨੂੰ ਪੁੱਛ ਰਹੇ ਸੀ ਕਿਸ ਬਿਮਾਰੀ ਚ ਕਿੰਨੇ, ਕਹਿੰਦੇ ਤੇ ਆਪਾਂ ਸਿਰਫ 2 ਚੀਜ਼ਾਂ ਦਾ ਜ਼ਿਕਰ ਕੀਤਾ, ਮੈਂ ਤਾਂ ਹੀ ਕਿ ਆਪਾਂ ਅਗਲੇ ਚ ਸਾਰੇ ਸਾਰਾ ਉਹਨੂੰ ਦੱਸਾਂਗੇ ਅਲੱਗ ਅਲੱਗ ਡੋਜ਼ਿਸ। ਬਿਲਕੁਲ, ਸੋ ਇਹਦੇ ਲਈ ਜਿਹੜੇ ਵਿਚਕਾਰਲੇ ਵਾਲੇ ਤੁਸੀਂ ਲਗਭਗ ਰੋਜ਼ 3 ਕੇਲੇ ਖਾਂਦੇ ਰਹਿਣ ਤਾਂ ਈਵਨ ਮੈਕਰੀਅਲ ਡੀਜਨਰੇਸ਼ਨ ਤੋਂ ਵੀ ਬਚਾਓ ਹੋ ਸਕਦਾ, ਜਿਹਦੇ ਨਾਲ ਕਿ ਪੂਰਨ ਰੂਪ ਵਿੱਚ ਅੰਨਾਪਨ ਹੋ ਜਾਂਦਾ ਉਮਰ ਵਧਣ ਨਾਲ। ਜੀ, ਇਹ ਤਾਂ ਬਿਲਕੁਲ ਕਮਾਲ ਦੀ ਗੱਲ ਹੈ। ਇਹ ਦੇਖਿਆ ਗਿਆ ਕਿ ਜਿਹੜੇ ਰੋਜ਼ 1 ਕੇਲਾ ਖਾਂਦੇ ਸਨ ਉਹਨਾਂ ਨਾਲੋਂ 3 ਕੇਲੇ ਰੋਜ਼ ਖਾਣ ਵਾਲਿਆਂ ਵਿੱਚ ਇਹਦਾ 36% ਖਤਰਾ ਘਟਿਆ ਲੱਭਿਆ। ਇਹ ਜੇ ਅੱਖਾਂ ਵਾਸਤੇ ਖਾਣਾ ਹੋਏ ਜਾਂ ਵਡੇਰੀ ਉਮਰ ਵਿੱਚ ਖਾਣਾ ਹੋਏ, ਨਜ਼ਰ ਇਹਦਾ ਘਾਟਾ ਬਚਾਉਣਾ ਹੋਵੇ, ਮੈਂ ਹੁਣ ਬਚਾਉਣ ਬਾਰੇ ਗੱਲ ਕਰ ਰਿਹਾ, ਜਦੋਂ ਹੋ ਚੁੱਕੀ ਫਿਰ ਕੋਈ ਫਾਇਦਾ ਨਹੀਂ, ਬਚਾਉਣ ਲਈ
ਔਨ ਐਨ ਐਵਰੇਜ ਤੁਹਾਨੂੰ ਰੋਜ਼ ਮੱਧਮ ਸਾਈਜ਼ ਦੇ ਤੁਹਾਨੂੰ ਕੇਲੇ ਖਾਣੇ ਚਾਹੀਦੇ ਨੇ ਜਿਨ੍ਹਾਂ ਤੇ ਖੋਜ ਹੋਈ ਹੋਈ ਜੀ। ਤੇ ਡਾਕਟਰ ਇਹਨਾਂ ਇਹ ਜੇ 3 ਕੇਲੇ ਖਾਓਗੇ ਤਾਂ ਮੋਟਾਪਾ ਨਹੀਂ ਹੋਊਗਾ? ਕਈ ਸੁਣਦਾ ਕਿ ਜ਼ਿਆਦਾ ਕੇਲੇ ਖਾਏ ਜਾਓਗੇ ਤਾਂ ਚਰਬੀ ਚੜ੍ਹ ਜਾਂਦੀ ਹੈ। ਨਹੀਂ, ਇਸ ਤਰ੍ਹਾਂ ਦੇਖੋ ਡਿਪੈਂਡ ਕਰਦਾ ਮੋਟਾਪੇ ਦਾ ਕਿੰਨੀ ਤੁਸੀਂ ਕਸਰਤ ਕਰ ਰਹੇ ਹੋ, ਕਿੰਨਾ ਤੜਕੇ ਦੇ ਵਿੱਚ ਤੇਲ ਜਾਂ ਘਿਓ ਵਰਤ ਰਹੇ ਹੋ, ਕਿੰਨੀ ਖੰਡ ਖਾ ਰਹੇ ਹੋ, ਕਿਉਂਕਿ ਜਿਹੜੀ ਨੈਚੁਰਲ ਚੀਜ਼ ਹੈ ਇਹ ਤੁਹਾਨੂੰ ਮੈਂ ਦੱਸਿਆ ਕਿ ਅਲੱਗ ਅਲੱਗ ਬਿਮਾਰੀਆਂ ਵਿੱਚ ਅਲੱਗ ਅਲੱਗ ਡੋਜ਼ ਨਾਲ ਕੈਲਕੂਲੇਸ਼ਨ ਕੀਤੀ ਗਈ ਹੈ। ਹੁਣ ਜੇ ਤੁਸੀਂ ਆਪਣੀ ਕਸਰਤ ਨਾਲ ਸਭ ਕੁਛ ਬਰਕਰਾਰ ਨਹੀਂ ਰੱਖ ਸਕਦੇ, ਮੈਂ ਤੁਹਾਨੂੰ ਦੱਸ ਰਹੀ ਹਾਂ ਸਿਰਫ ਕਿ ਇੰਨੀ ਡੋਜ਼ ਨਾਲ ਨਿਗਾਹ ਬਚੀ ਜਾ ਸਕਦੀ, ਅੰਨੇ ਹੋਣ ਤੋਂ ਬਚਿਆ ਜਾ ਸਕਦਾ ਹੈ, ਪਰ ਜਿਸ ਨੂੰ ਜਿਹੜੇ ਆਲਰੇਡੀ ਮੋਟਾਪੇ ਦਾ ਸ਼ਿਕਾਰ ਨੇ ਉਹ ਕੱਲੀ ਇਹ ਬਿਮਾਰੀ ਨਹੀਂ ਹੋਏਗੀ, ਉਹਨਾਂ ਦਾ ਸਰੀਰ ਬਿਮਾਰੀਆਂ ਦਾ ਢੇਰ ਬਣ ਚੁੱਕਿਆ ਹੋਏਗਾ। ਸੋ ਉਮਰ ਵਿੱਚ ਜੇ ਤੁਸੀਂ ਬਿਮਾਰੀਆਂ ਤੋਂ ਰਹਿਤ ਪਹੁੰਚ ਚੁੱਕੇ ਹੋ ਤਾਂ ਤੁਹਾਨੂੰ ਦੱਸ ਦਿੱਤਾ ਇੱਕ ਕੇਲਾ ਖਾਣ ਵਾਲੇ ਨੂੰ ਇਹਦਾ ਫਾਇਦਾ ਨਹੀਂ ਦਿਸਿਆ, ਜੋ ਖੋਜ ਦੱਸਦੀ ਹੈ ਉਹ 3 ਕੇਲਿਆਂ ਸਦਕਾ ਹੀ ਦਿਸੀ ਕਿ ਇਸ ਤੋਂ ਬਚਾਓ ਹੋ ਸਕਦਾ ਹੈ। ਜਿਨ੍ਹਾਂ ਦੀ ਆਲਰੇਡੀ ਨਜ਼ਰ ਘੱਟ ਚੁੱਕੀ ਹੈ, ਜਿਹੜੇ ਆਲਰੇਡੀ ਮੈਕੂਲਰ ਡੀਜਨਰੇਸ਼ਨ ਨੇ ਅੰਨੇ ਹੋ ਚੁੱਕੇ ਨੇ, ਉਹ ਬਾਕੀ ਚੀਜ਼ਾਂ ਚੋਂ ਫਾਇਦਾ ਲੈ ਸਕਦੇ ਨੇ, ਪਰ ਇਹਨਾਂ ਤੋਂ ਫਾਇਦਾ ਇੰਨਾ ਹੁਣ ਨਹੀਂ ਹੋ ਸਕਣਾ, ਕਿਉਂਕਿ ਰੋਕਣ ਵਾਸਤੇ ਤੁਸੀਂ ਆਲਰੇਡੀ ਮੋਟਾਪੇ ਦੇ ਸ਼ਿਕਾਰ ਹੋ, ਤੁਹਾਨੂੰ ਹੋਰ ਚੀਜ਼ ਦਾ ਪੇਟ ਘਟਣਾ ਪਏਗਾ ਜੇ ਇਹ ਫਾਇਦਾ ਲੈਣਾ। ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਵਿੱਚ ਤੁਸੀਂ ਘੱਟ ਡੋਜ਼ ਨਾਲ ਈਵਨ ਅੱਧੇ ਕੇਲੇ ਨਾਲ ਵੀ ਫਾਇਦਾ ਹੈ, ਬਾਕੀ ਅੱਗੋਂ ਅੱਗੋਂ ਕਰਦੇ ਹਾਂ। ਖਾਸ ਕਰ ਜਿਵੇਂ ਹੁਣ ਗੱਲ ਕਰੀਏ ਗੁਰਦਿਆਂ ਵਾਸਤੇ, ਤਾਂ ਜਿਨ੍ਹਾਂ ਦੇ ਇਹ ਵੀ ਹੁਣ ਛਪਿਆ ਸੀ ਇੰਟਰਨੈਸ਼ਨਲ ਜਰਨਲ ਆਫ ਕੈਂਸਰ ਵਿੱਚ, ਜੇ ਗੁਰਦਿਆਂ ਦੀ ਤਾਕੀ ਕਰਨੀ ਹੋਵੇ, ਖਾਸ ਕਰ ਜੇ ਤੁਹਾਨੂੰ ਫੈਮਿਲੀ ਵਿੱਚ ਚੱਲ ਰਹੇ ਨੇ ਰੋਗ ਜਾਂ ਕੋਈ ਤੁਹਾਨੂੰ ਹੁਣ ਗੁਰਦੇ ਦਾ ਰੋਗ ਹੋਇਆ ਜਾਂ ਹੁਣ ਅਜੇ ਸ਼ੁਰੂਆਤ, ਜੇ ਹੋ ਚੁੱਕਾ ਪੂਰਾ ਵਿਗੜ ਚੁੱਕੇ ਗੁਰਦੇ ਨੇ ਫਿਰ ਕੋਈ ਫਾਇਦਾ ਨਹੀਂ ਹੈ, ਜੇ ਅਜੇ ਸ਼ੁਰੂਆਤੀ ਦੌਰ ਚ ਜਾਂ ਫੈਮਿਲੀ ਚ ਇਹ ਹੈਗਾ ਤਾਂ ਤੁਸੀਂ ਬਚਣਾ ਚਾਹੁੰਦੇ ਹੋ ਜਾਂ ਨੋਰਮਲ ਹੈਲਥੀ ਬਚਣਾ ਚਾਹੁੰਦੇ ਹੋ, ਤਾਂ ਰੋਜ਼ ਦੇ 2 ਵੇਲੇ ਦੀ ਸਬਜ਼ੀਆਂ ਫਲ ਤਾਂ ਹਮੇਸ਼ਾ ਆਪਾਂ ਗੱਲ ਕਰਦੇ ਹੀ ਹਾਂ, ਪਰ ਰੋਜ਼ ਦਾ 1 ਕੇਲਾ, ਹੁਣ ਇੱਥੇ ਜੋ ਸਟੱਡੀ ਹੋਈ ਹੈ ਉਹ 1 ਕੇਲੇ ਦੀ ਹੈ, ਵੀ ਰੋਜ਼ 1 ਕੇਲਾ ਖਾਣ ਨਾਲ ਤੁਸੀਂ ਗੁਰਦੇ ਨੂੰ ਹੈਲਦੀ ਰੱਖ ਸਕਦੇ ਹੋ। ਇਹ ਹੁਣ ਜਿਹੜੀ ਖੋਜ ਇਹਦੇ ਤੇ ਹੋਈ, ਹੁਣ ਖੋਜ ਇਹਦੇ ਤੇ ਕੀ ਕੀਤਾ, ਇਹਨਾਂ ਨੇ 61,000 ਔਰਤਾਂ ਲਈਆਂ, ਜਿਹੜੀ ਹੋਰ ਖੋਜ, ਇਹ 1 ਖੋਜ ਸੀ ਜੋ ਇੰਟਰਨੈਸ਼ਨਲ ਜਰਨਲ ਆਫ ਕੈਂਸਰ ਛਪੀ, ਦੂਜੀ ਉਹਨਾਂ ਨੇ ਉਹ ਲਈਆਂ, ਹੁਣ 61,000 ਕੋਈ ਥੋੜੀ ਗਿਣਤੀ ਨਹੀਂ, ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਜਿਹੜੀਆਂ 40 ਤੋਂ 76 ਸਾਲਾਂ ਦੀਆਂ ਸਨ, ਉਹਨਾਂ ਨੂੰ ਲਿਆ ਜਿਹਨਾਂ ਦੀ ਪਿੱਛੋਂ ਇਹ ਲੱਭਿਆ ਗਿਆ ਵੀ ਕੀ ਉਹਨਾਂ ਤੋਂ ਫਾਰਮ ਭਰਾਏ ਗਏ ਵੀ ਕਿੰਨਾ ਤੁਸੀਂ ਕੀ ਖੁਰਾਕ ਖਾਂਦੇ ਸੀ, ਉਹਦੇ ਚ ਦੇਖਿਆ ਜਿਹੜੀਆਂ ਔਰਤਾਂ 1 ਮਹੀਨੇ ਵਿੱਚ 75 ਤੋਂ ਵੱਧ ਵਾਰ ਸਬਜ਼ੀ ਜਾਂ ਫਲ ਖਾ ਰਹੀਆਂ ਸਨ, ਯਾਨੀ ਦਿਨ ਦੇ 3 ਖਾਣਿਆਂ ਦੇ 30 ਦਿਨਾਂ ਦੇ ਵਿੱਚ ਜਿਹੜੀਆਂ 75 ਤੋਂ ਵੱਧ ਵਾਰ ਸਬਜ਼ੀ ਜਾਂ ਫਲ ਡੇਲੀ ਯਾਨੀ ਉਹਦੇ ਖੁਰਾਕ ਵਿੱਚ ਸੀ, ਉਹਨਾਂ ਦੇ ਗੁਰਦੇ ਦੇ ਕੈਂਸਰ ਦਾ ਖਤਰਾ ਬਾਕੀਆਂ ਨਾਲੋਂ 40% ਘੱਟ ਸੀ। ਇਹ ਟ੍ਰੈਕ ਤੋਂ ਦੇਖਿਆ ਗਿਆ, ਜਿਹੜਾ ਪੁਰਾਣਾ ਪਹਿਲਾਂ ਹੀ ਲੈ ਰਹੀਆਂ ਸਨ। ਇਹਨਾਂ ਚੋਂ ਸੈਪਰੇਟ ਕੀਤਾ ਗਿਆ ਵੀ ਜਿਹਨਾਂ ਨੇ ਬਿਲਕੁਲ ਕੇਲਾ ਨਹੀਂ ਸੀ ਖਾ ਰਹੀਆਂ, ਮੇਰਾ ਮੋਟਾਪਾ ਹੋ ਜਾਣਾ ਜਾਂ ਮੈਨੂੰ ਫਲਾਣਾ ਜਾਂ ਮੈਨੂੰ ਐਲਰਜੀ ਆ ਜਾਂ ਜੋ ਵੀ, ਜਿਹੜੀਆਂ ਨਹੀਂ ਸਨ ਖਾ ਰਹੀਆਂ ਉਹਨਾਂ ਵਿੱਚ ਗੁਰਦਿਆਂ ਦੇ ਨੁਕਸ ਜਿਹੜੀਆਂ ਖਾ ਰਹੀਆਂ ਸੀ ਕੇਲੇ ਉਹਨਾਂ ਨਾਲੋਂ ਦੁੱਗਣੇ ਤੋਂ ਵੀ ਵੱਧ ਲੱਭੇ। ਯਾਨੀ ਇਹ ਪ੍ਰੂਵ ਹੋ ਗਿਆ ਕਿ ਜਿਹੜਾ ਕੇਲਾ ਉਹ ਗੁਰਦੇ ਲਈ ਪੱਕੀ ਤੌਰ ਤੇ ਲਾਹੇਵੰਦ ਸਾਬਤ ਹੋ ਚੁੱਕਿਆ, ਜਿਹੜੀ ਕਿ 61,000 ਔਰਤਾਂ ਤੇ ਖੋਜ ਹੋਈ ਤੇ ਹੁਣ ਤੱਕ ਜਾਰੀ ਹੈ ਤੇ ਅੰਤਰਰਾਸ਼ਟਰੀ ਜਰਨਲ ਆਫ ਕੈਂਸਰ ਵਿੱਚ ਛਪ ਚੁੱਕੀ ਹੈ ਕਿ ਇਹ ਵਾਕਈ ਅਸਰਦਾਰ ਸਾਬਤ ਹੋ ਰਿਹਾ ਗੁਰਦੇ ਦੇ ਬਿਮਾਰੀਆਂ ਲਈ ਵੀ, ਗੁਰਦੇ ਦੇ ਕੈਂਸਰ ਲਈ ਵੀ, ਤੇ 1 ਕੇਲਾ ਖਾਣਾ ਰੋਜ਼ ਦਾ ਕੋਈ ਇੰਨੀ ਆਫਤ ਨਹੀਂ ਹੈ। ਬਿਲਕੁਲ ਖਾਧਾ ਜਾ ਸਕਦਾ ਔਰ ਇੰਨਾ ਮਹਿੰਗਾ ਵੀ ਨਹੀਂ, ਮਹਿੰਗਾ ਫਰੂਟ ਵੀ ਨਹੀਂ ਹੈ, ਐਵਰੇਜ ਹੈਗਾ ਆ, ਹਰ ਕੋਈ ਹਰ ਕਿਸੇ ਦੀ ਪਹੁੰਚ ਵਿੱਚ ਆਪਾਂ ਕਹਿ ਸਕਦੇ ਹਾਂ। ਹੁਣ ਇੱਕ ਹੋਰ ਜੋ ਇੰਟਰਸਟਿੰਗ ਚੀਜ਼ ਇਹਦੇ ਵਿੱਚ ਆਈ ਕਿ ਇਹਦੇ ਵਿੱਚ ਨਾਲੇ ਦੇਖਿਆ ਗਿਆ ਕਿ ਜਿਹੜੇ ਤਣਾਓ ਦੌਰਾਨ ਕੇਲਾ ਖਾਂਦੇ ਸਨ, ਜਿਵੇਂ ਇਹਦੇ ਤੇ ਖੋਜ ਨਹੀਂ ਸੀ ਐਕਚੁਅਲੀ ਪਹਿਲਾਂ ਕੀਤੀ ਗਈ, ਇਹ ਦੇਖਿਆ ਗਿਆ ਕਿ ਜਿਹੜੇ ਤਣਾਓ ਦੌਰਾਨ ਕਿਸੇ ਨੇ ਜੇ ਕੇਲਾ ਖਾ ਲਿਆ ਜਾਂ ਟੈਨਸ਼ਨ ਚ ਆਇਆ ਗੁੱਸੇ ਚ ਆਇਆ, ਤਾਂ ਇਹ ਰਿਸਰਚ ਉਸ ਤੋਂ ਬਾਅਦ ਸ਼ੁਰੂ ਕੀਤੀ ਗਈ, ਕਿਉਂਕਿ ਜਦੋਂ ਮਰੀਜ਼ਾਂ ਨੇ ਆ ਕੇ ਕਿਹਾ ਵੀ ਮੈਂ ਛੇਤੀ ਥੋੜਾ ਜਿਹਾ ਨਾਰਮਲ ਹੋ ਗਿਆ, ਛੇਤੀ ਥੋੜਾ ਜਿਹਾ ਮੂਡ ਹੋਇਆ,
ਠੀਕ ਤਾਂ ਫਿਰ ਇਹਦੇ ਵਿੱਚ ਟੈਸਟ ਕੀਤਾ ਗਿਆ ਕਿ ਕੇਲੇ ਵਿੱਚ ਇੱਕ ਟ੍ਰਿਪਟੋਫੈਨ ਪ੍ਰੋਟੀਨ ਹੈ ਜੋ ਸਰੀਰ ਅੰਦਰ ਜਾ ਕੇ ਸੇਰੋਟੋਨਿਨ ਵਿੱਚ ਤਬਦੀਲ ਹੋ ਜਾਂਦੀ ਤੇ ਅਸੀਂ ਉਹ ਦਵਾਈਆਂ ਦਿੰਦੇ ਹਾਂ ਦੀ ਕਲਾ ਵਿੱਚ ਸੋ ਇਹਦੀ ਨੈਚੁਰਲ ਚੀਜ਼ ਇੰਨੀ ਜ਼ਬਰਦਸਤ ਹੈ ਜੋ ਫਿਰ ਅੱਗੋਂ ਖੋਜ ਕੀਤੀ ਗਈ 12,000 ਬੰਦਿਆਂ ਤੇ ਤੇ ਦੇਖਿਆ ਗਿਆ ਕਿ ਜਿਨ੍ਹਾਂ ਨੂੰ ਜ਼ਿਆਦਾ ਸਟ੍ਰੈਸ ਵਿੱਚ ਰਹਿੰਦੇ ਨੇ ਉਹਨਾਂ ਨੂੰ ਜੇ ਇਹ ਦੇ ਦਿੱਤਾ ਜਾਏ ਤਾਂ ਤਣਾਅ ਦਰਦ ਕੇਲਾ ਖਾਣ ਨਾਲ ਜਿੱਥੇ ਸਰੀਰ ਢਿੱਲਾ ਪੈ ਜਾਂਦਾ ਦਿਮਾਗ ਸ਼ਾਂਤ ਹੋ ਜਾਂਦਾ ਹੈ ਮੂਡ ਠੀਕ ਹੋ ਜਾਂਦਾ ਹੈ ਖੁਸ਼ੀ ਮਹਿਸੂਸ ਹੋਣ ਲੱਗ ਪੈਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ ਹੁਣ ਇਸ ਵਾਸਤੇ ਕੀਤਾ ਗਿਆ ਸੀ ਦੋ ਕੇਲੇ ਇਹਦੇ ਲਈ ਦਿੱਤੇ ਗਏ ਯਾਨੀ ਇਹ ਅਲੱਗ ਅਲੱਗ ਮੈਂ ਦੱਸ ਚੁੱਕੀ ਹਾਂ ਬਿਮਾਰੀ ਅਲੱਗ ਅਲੱਗ ਸਮੇਂ ਲਈ ਇਹ ਯਾਨੀ ਜਦੋਂ ਐਕਿਊਟ ਸਟ੍ਰੈਸ ਹੋਇਆ ਹੋਵੇ ਤੇ ਦੋ ਮੀਡੀਅਮ ਕੇਲਿਆਂ ਨਾਲ ਇਹ ਅਸਰ ਦੇਖਿਆ ਗਿਆ ਕਿ ਇਹ ਸਾਰਾ ਕੁਛ ਤੁਹਾਨੂੰ ਇਮੀਡੀਏਟ ਰਿਲੀਫ ਵਾਸਤੇ ਇਹ ਬਹੁਤ ਕਮਾਲ ਦਾ ਅਸਰ ਦਿਖਾਇਆ ਤੇ ਜਿੱਥੋਂ ਮੈਂ ਦੋ ਹੋਰ ਚੀਜ਼ਾਂ ਦਾ ਜ਼ਿਕਰ ਕਰਾਂਗੀ ਉਸ ਤੋਂ ਬਾਅਦ ਕਿਉਂਕਿ ਇਹਦੇ ਅਸਰ ਐਕਚੁਅਲੀ 50-60 ਨੇ ਜਿਹੜਾ ਇੱਕ ਪ੍ਰੋਗਰਾਮ ਵਿੱਚ ਸੰਭਵ ਨਹੀਂ ਹੈ ਦੱਸਣੇ ਕੇਲੇ ਵਿੱਚ ਦੇਖੋ ਲੋਹ ਕਣ ਵੀ ਬਾਕਮਾਲ ਅਸਰ ਦਿਖਾਉਂਦੇ ਨੇ ਕਿਉਂਕਿ ਇਹਦੇ ਵਿੱਚ ਜਿਹੜੇ ਕਿਉਂਕਿ ਆਪਾਂ ਖਾਣਾ ਥੋੜੀ ਮਾਤਰਾ ਵਿੱਚ ਹੈ ਜਿਵੇਂ ਮੈਂ ਦੱਸਿਆ ਵੀ ਤੁਸੀਂ 1 ਜਾਂ 1.5 ਖਾ ਰਹੇ ਹੋ ਤਾਂ ਓਨੀ ਨਾਲ ਤੁਹਾਡੀ ਪੂਰੀ ਲਹੂ ਦੀ ਕਮੀ ਤਾਂ ਭਾਵੇਂ ਨਾ ਠੀਕ ਹੋਵੇ ਤਾਂ ਜੇ ਤੁਸੀਂ ਨਾਲ ਆਇਰਨ ਲੈ ਰਹੇ ਹੋ ਜਾਂ ਨਾਲ ਸਬਜ਼ੀਆਂ ਖਾ ਰਹੇ ਹੋ ਪ੍ਰੋਪਰ ਤਾਂ ਉਹਦੇ ਨਾਲ ਜ਼ਰੂਰ ਤੁਹਾਡਾ ਇਹ ਐਡੀਸ਼ਨਲ ਬੈਨੀਫਿਟ ਵਾਂਗ ਜਾ ਸਕਦਾ ਹੈ ਕਿ ਤੁਹਾਡੇ ਸਰੀਰ ਦਾ ਲੋਹ ਕਣ ਤਦੀਵੀ ਤੌਰ ਤੇ ਵਧੀਆ ਟੀਕੇ ਵੱਧ ਵੀ ਸਕਦੇ ਨੇ ਤੇ ਤੁਹਾਡੇ ਲਹੂ ਦੀ ਜਿਹੜੀ ਥੋੜੀ ਬਹੁਤ ਕਮੀ ਉਹ ਤਾਂ ਠੀਕ ਇਸੇ ਨਾਲ ਹੋ ਜਾਂਦੀ ਹੈ ਪਰ ਜਿਹੜੀ ਕਮਾਲ ਦੀ ਹੁਣ ਹੋਰ ਅਸਰ ਦੱਸਣ ਲੱਗੀਆਂ ਕਿ ਆਮ ਤੌਰ ਤੇ ਮੇਰਾ ਖਿਆਲ ਹੈ ਵਿਰਲਾ ਹੀ ਕੋਈ ਹੋਣਾ ਜਿਹਦੇ ਕਦੇ ਪੇਟ ਦਾ ਫਾਰਾ ਖੱਟੇ ਡਕਾਰ ਯਾਨੀ ਜਲਨ ਪੇਟ ਛੋਣੀ ਜਿਹੜਾ ਇਹ ਕੁਦਰਤੀ ਐਂਟੀਸਿਡ ਬਾ ਕਮਾਲ ਹੈ ਜਿਨ੍ਹਾਂ ਦਾ ਸਵੇਰ ਵੇਲੇ ਦਿਲ ਕੱਚਾ ਹੁੰਦਾ ਹੋਏ ਜਾਂ ਗਰਭਵਤੀ ਔਰਤ ਜਿਹਨੂੰ ਸਵੇਰ ਵੇਲੇ ਉਲਟੀ ਆਉਂਦੀ ਜੇ ਜਾਂ ਕਈ ਈਵਨ ਪੈਪਟਿਕ ਅਲਸਰ ਦੇ ਮਰੀਜ਼ ਜਿਹਨਾਂ ਦੇ ਢਿੱਡ ਅੰਦਰ ਐਸਿਡ ਵੱਧ ਰਿਹਾ ਹੋਵੇ ਤਾਂ ਇਹ ਜਿਹੜਾ ਕੇਲਾ ਹੁੰਦਾ ਜੇ ਇਹ ਇੰਨਾ ਨਰਮ ਹੈ ਕਿ ਢਿੱਡ ਅੰਦਰ ਜਾ ਕੇ ਨਰਮ ਪਰਤ ਵਾਂਗ ਫੈਲ ਜਾਂਦਾ ਹੈ ਤੇ ਈਵਨ ਪੈਪਟਿਕ ਅਲਸਰ ਦੇ ਮਰੀਜ਼ ਆਮ ਤਾਂ ਐਸਿਡਿਟੀ ਜੋ ਹੋਣੀ ਹੈ ਉਹਨੂੰ ਤਾਂ ਕਰਨਾ ਹੀ ਹੈ ਤੇ ਈਵਨ ਗਰਭਵਤੀ ਔਰਤ ਦਾ ਜਿਹੜਾ ਸਵੇਰ ਵੇਲੇ ਉਲਟੀਆਂ ਆਉਣੀਆਂ ਜਾਂ ਦਿਲ ਕੱਚਾ ਕਿਸੇ ਦਾ ਵੀ ਹੋ ਰਿਹਾ ਹੋਵੇ ਤਾਂ ਇਹ ਉਸੇ ਵੇਲੇ ਜੇ ਅੱਧਾ ਕੇਲਾ ਹੌਲੀ ਹੌਲੀ ਚਬਾ ਕੇ ਖਾ ਲਿਆ ਜਾਵੇ ਤਾਂ ਇਹ ਅੰਦਰਲੀ ਪਰਤ ਦੇ ਜੋ ਢਿੱਡ ਦੇ ਅੰਦਰਲੀ ਨੂੰ ਉਹਨੂੰ ਨਾਰਮਲ ਪ੍ਰਫੁੱਲਿਤ ਵੀ ਕਰਦਾ ਮੋਟੀ ਵੀ ਕਰ ਦਿੰਦਾ ਐਸਿਡ ਦਾ ਅਸਰ ਵੀ ਘਟਾ ਦਿੰਦਾ ਤੇ ਅਲਸਰ ਨੂੰ ਵੀ ਆਰਾਮ ਪਹੁੰਚਾ ਦਿੰਦਾ ਕਿਉਂਕਿ ਇਹਦੇ ਵਿੱਚ ਪ੍ਰੋਟੀਏਜ਼ ਇਨਹਿਬਿਟਰ ਨੇ ਜਿਹੜੇ ਕੇਲੇ ਵਿੱਚ ਉਹ ਕੀਟਾਣੂ ਜੋ ਅਲਸਰ ਕਰਦੇ ਨੇ ਉਹਨਾਂ ਨੂੰ ਮਾਰ ਵੀ ਦਿੰਦੇ ਜੇ ਅਲਸਰ ਲਈ ਖਾਣਾ ਹੋਵੇ ਤਾਂ ਕੇਲੇ ਤੇ ਦੁੱਧ ਦਾ ਮਿਸ਼ਰਣ ਯਾਨੀ ਤੁਸੀਂ ਬਨਾਨਾ ਸ਼ੇਕ ਬਣਾ ਕੇ ਲੈ ਲਓ ਉਹ ਜ਼ਿਆਦਾ ਅਸਰਦਾਰ ਹੁੰਦਾ ਹੈ 1 ਕਿੱਲਾ 1 ਗਿਲਾਸ ਦੁੱਧ ਦੇ ਵਿੱਚ ਇਹ ਅਲਸਰ ਲਈ ਰੈਗੂਲਰ ਡੋਜ਼ ਜੇ ਤੁਸੀਂ ਖਾਓ ਤਾਂ ਇਹ ਕਮਾਲ ਦਾ ਅਸਰ ਤੁਹਾਡੇ ਨਾਲ ਇਹ ਮੈਂ ਕਿਤੇ ਨਹੀਂ ਕਿਹਾ ਕਿ ਤੁਸੀਂ ਨਾਲ ਦਵਾਈ ਨਹੀਂ ਖਾਣੀ ਦਵਾਈ ਕੀ ਖਾਂਦੇ ਰਹੋ ਜੇ ਇੱਕ ਵਾਰ ਬਣ ਚੁੱਕਿਆ ਪਰ ਜੇ ਇਸ ਤੋਂ ਬਚਣਾ ਜੇ ਜਾਂ ਸਿਰਫ ਦਿਲ ਕੱਚਾ ਹੋ ਰਿਹਾ ਤਾਂ ਤੁਹਾਡਾ ਇੰਨੇ ਕੁ ਨਾਲ ਹੀ ਠੀਕ ਹੋ ਸਕਦਾ ਪਰ ਅਲਸਰ ਲਈ ਤੁਹਾਨੂੰ ਇਹਨੂੰ ਹਮੇਸ਼ਾ ਦੁੱਧ ਦੇ ਮਿਸ਼ਰਣ ਦੇ ਨਾਲ ਹੀ ਲੈਣਾ ਪੈਂਦਾ ਸੋ ਮੇਰਾ ਖਿਆਲ ਹੈ ਕਿ ਇੰਨੀਆਂ ਕੁ ਚੀਜ਼ਾਂ ਜੇ ਸਭ ਨੂੰ ਸਮਝ ਆ ਜਾਣ ਤਾਂ ਅਗਲੀ ਵਾਰ ਲਈ ਜਿਹੜੀਆਂ ਹੋਰ ਸਾਡੀਆਂ ਘੱਟੋ ਘੱਟ 20-22 ਹੋਰ ਅਸਰ ਇਹਦੇ ਨੇ ਤੇ ਜਿਨ੍ਹਾਂ ਵਿੱਚ ਜੋ ਮੇਰਾ ਖਿਆਲ ਹੈ ਜੇ ਮੈਂ ਅਗਲੇ ਅਸਰ ਜੋ ਆਪਾਂ ਅਗਲੇ ਪ੍ਰੋਗਰਾਮ ਵਿੱਚ ਕਰਨੇ ਨੇ ਜੇ ਮੈਂ ਉਹ ਦੱਸ ਦਿਆਂ ਤਾਂ ਦੁਨੀਆਂ ਦਾ ਕੋਈ ਮਰਦ ਨਹੀਂ ਹੋਏਗਾ ਜਿਹੜਾ ਕੇਲਾ ਖਾਣਾ ਸ਼ੁਰੂ ਨਹੀਂ ਕਰ ਦੇਗਾ ਕਿਉਂਕਿ ਇਹਦੀ ਫਰਟੀਲਿਟੀ ਮੈਡੀਸਿਨਸ ਜੋ ਗੁਣੀਆਂ ਨੇ ਉਹ ਆਪਾਂ ਅਗਲੀ ਵਾਰ ਜ਼ਰੂਰ ਜ਼ਿਕਰ ਕਰਾਂਗੇ ਈਵਨ ਪਾਇਲਸ ਤੱਕ ਲਈ ਜਾਂ ਹੋਰ ਸਕੂਲ 'ਚ ਪੜ੍ਹਦੇ ਬੱਚਿਆਂ ਦੀ ਯਾਦਾਸ਼ਤ ਲਈ ਜਾਂ ਅਨੇਕ ਚੀਜ਼ਾਂ ਈਵਨ ਤੁਸੀਂ ਜਿਵੇਂ ਜ਼ਿਕਰ ਕੀਤਾ ਮੋਟਾਪਾ ਹੋ ਰਿਹਾ ਮੈਂ ਸਗੋਂ ਤੁਹਾਨੂੰ ਉਹ ਨੁਸਖੇ ਦੱਸਣੇ ਨੇ ਜਿਹੜੇ ਮੋਟਾਪੇ ਵਾਲੇ ਮਰੀਜ਼ ਸਗੋਂ ਖਾ ਕੇ ਇਹਨੂੰ ਪਤਲਾ ਹੋ ਸਕਦੇ ਨੇ ਸੋ ਮੇਰਾ ਖਿਆਲ ਹੈ ਅਗਲੀ ਵਾਰ ਦੇ ਪ੍ਰੋਗਰਾਮ ਲਈ ਇੱਥੋਂ ਹੀ ਅੱਗੇ ਸ਼ੁਰੂ ਕਰਾਂਗੇ ਕਿ ਅਲਸਰ ਤੱਕ ਆਪਾਂ ਅੱਜ ਗੱਲ ਕੀਤੀ ਇਸ ਤੋਂ ਅੱਗੇ ਕਰਾਂਗੇ ਕਿ ਪ੍ਰੈਗਨੈਂਸੀ ਵਿੱਚ ਜਾਂ ਈਵਨ ਸਿਗਰਟ ਛੱਡਣ ਵਾਲੇ ਵੀ ਕਿੰਨੀ ਜ਼ਬਰਦਸਤ ਦਵਾਈ ਕੇਲੇ ਤੋਂ ਹੀ ਬਣੀ ਹੋਈ ਜੋ ਖਾ ਰਹੇ ਨੇ ਐਡੀ ਮਹਿੰਗੀ ਤੇ ਸਿਰਫ ਕੇਲਾ ਖਾਣ ਨਾਲ ਕਿਵੇਂ ਠੀਕ ਹੋ ਸਕਣਗੇ
ਜਾਂ ਮੈਂਸਟ੍ਰੇਸ਼ਨ ਵਿੱਚ ਜਾਂ ਹੋਰ ਸਾਰਾ ਕੁਝ ਇਹ ਆਪਾਂ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸਾਰਾ ਕੁਝ ਸਾਂਝੇ ਕਰਾਂਗੇ ਤੇ ਜਿੰਨੇ ਸਵਾਲ ਵੀ ਇਹਦੇ ਵਿੱਚੋਂ ਕਿਸੇ ਦੇ ਹੋਣਗੇ ਜ਼ਰੂਰ ਇਹਦੇ ਵਿੱਚ ਮੇਰਾ ਖਿਆਲ ਹੈ ਉਦੋਂ ਤੱਕ ਇਹਦੇ ਚ ਆ ਜਾਣਗੇ ਆਪਾਂ ਉਹ ਵੀ ਨਾਲ ਹੀ ਕਵਰ ਕਰ ਦਿਆਂਗੇ। ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਹੀ ਅਣਮੁੱਲੀ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਦਿੱਤੀ ਹੈ ਕੇਲੇ ਨੂੰ ਲੈ ਕੇ, ਕਿਉਂਕਿ ਖਾਂਦੇ ਤਾਂ ਆਪਾਂ ਸਾਰੇ ਰਹਿੰਦੇ ਹਾਂ ਪਰ ਇਹ ਨਹੀਂ ਕਿ ਆਪਾਂ ਰੈਗੂਲਰ ਖਾਂਦੇ ਹਾਂ, ਕਈ ਵਾਰੀ ਆਪਾਂ ਚਾਰ ਚਾਰ ਇਕੱਠੇ ਖਾ ਜਾਂਦੇ ਹਾਂ, ਕਈ ਵਾਰੀ ਦੋ ਖਾਂਦੇ ਹਾਂ, ਕਈ ਵਾਰੀ ਕਿੰਨਾ ਕਿੰਨਾ ਟਾਈਮ ਗੈਪ ਪੈ ਜਾਂਦਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਬਹੁਤ ਜਿਹੜੀ ਤੁਹਾਡੀ ਜਾਣਕਾਰੀ ਹੈ ਬਹੁਤ ਹੀ ਲਾਹੇਵੰਦ ਰਹੂਗੀ ਸਾਡੇ ਸਾਰਿਆਂ ਦੇ ਲਈ। ਸੋ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕੇਲਾ ਦਾ ਜਿਹੜਾ ਕੇਲੇ ਨੂੰ ਲੈ ਕੇ ਪ੍ਰੋਗਰਾਮ ਹੈ ਅਸੀਂ ਪਾਰਟ 2 ਦੇ ਵਿੱਚ ਜਿਹੜੇ ਹੋਰ ਸਾਰੇ ਫਾਇਦੇ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਖਾਲਸ ਖਾਣਾ ਦੇ ਵਿੱਚ ਜੁੜਨ ਦੇ ਲਈ। ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ।